ਹੈ ਹਰੀਗੜ੍ਹ ਦੇ ਅੰਦਰਲੇ ਪਾਸੇ ਬਲੀ ਦਾ ਕੋਈ ਨੀ ਤੂੰ ਹੈ ਤਿਆਰੀ ਹੈ ਵੱਡੇ ਨਾ ਇੱਕ ਕੁਸ਼ਤੀ 21 ਜਾਂਦੀ ਹੈ ਔਰ ਦੂਸਰੀ ਕੁਸ਼ਤੀ ਜਿਹੜੀ 31 ਜਾਂਦੀ ਹੈ ਪਰ ਮਾਲ ਜਿਹੜਾ ਦੋਨੋਂ ਬਰਾਬਰ ਦਾ ਬੜੀ ਵਧੀਆ ਕੁਸ਼ਤੀ ਹੈ ਪਹਿਲਵਾਨ ਪ੍ਰਿਤਪਾਲ ਫਗਵਾੜਾ ਤੇ ਪਹਿਲਵਾਨ ਭੁਪਿੰਦਰ ਅਜਰਾਲਾ ਵੀ ਤਿਆਰ ਬੰਦਿਆ ਹੋ ਜਾਓ ਨਾ ਆਉਂਦਲੇ ਪਾਸੇ ਰਾਮੇ ਵਾਲੀਆਂ ਸਨੀ ਤੇ ਨਾਲ ਕਹਿੰਦੀ ਗੁਰਨਾਮ ਪਹਿਲਵਾਨ ਬਾਬਾ ਫਲਾਹੀ ਦੀ ਧਰਤੀ ਦਾ ਦੇਖੋ ਕੌਣ ਜਿੱਤਦਾ ਕੌਣ ਹਰਦਾ ਸਮੇਂ ਦੀਆਂ ਬਾਤਾਂ ਕੇ ਮੁੱਲ ਪੈਣ ਸਰੀਰਾਂ ਦੇ ਉਹ ਜਿੰਨਾ ਲਾਈਆਂ ਮਿੰਟਾਂ ਉੱਠ ਕੇ ਧਨ ਚੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਉਹ ਯਾਰ ਕਰ ਹੀ ਜਾਂਦੇ ਪਹਿਲਵਾਨੀ ਕੇ ਲੜ ਕੇ ਹੱਥ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਵਾਹ ਬਾਈ ਵਾਹ ਸ਼ਮਾ ਡਗੋਲੀ ਪੱਤਰਕਾਰ ਵਾਹ ਬਾਈ ਵਾਹ ਨਹੀਂ ਉਰੀਸਾ ਕਹਿੰਦਾ ਸਾਡੇ ਵਾਂਗੂ ਚਾਹੁੰਦਾ ਜੇ ਤੂਫਾਨ ਥੰਮਣਾ ਉਹ ਇੱਕ ਵਾਰੀ ਪੈਣਾ ਤੈਨੂੰ ਫੇਰ ਜੰਮਣਾ ਸਭੇ ਪੌੜੀਆਂ ਨੀ ਇੱਕ ਵਾਰ ਚੜ ਹੋਣੀਆਂ ਉਹ ਕਾਕਾ ਸਾਡੀਆਂ ਨੀ ਫਨੀ ਤੇ ਤੂੰ ਕਰ ਹੋਣੀਆਂ ਉਹ ਕਾਕਾ ਸਾਡੀਆਂ ਕਿ ਮੁੰਡਾ ਸ਼ੁਰੂ ਤੋਂ ਹੀ ਚੌਂਕਿਆ ਰਿਸ਼ਕ ਲੈਣ ਦਾ ਬੱਲੇ 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 ਲਓ ਸਨੀ ਉੱਪਰਲੇ ਪਾਸੇ ਤੇ ਨਿਚਲੇ ਪਾਸੇ ਗੁਰਨਾਮ ਸਮੇਂ ਦੀ ਬਾਤ ਹੈ ਕੌਣ ਜਿੱਤਦਾ ਕੌਣ ਹਰਦਾ ਕਹਿੰਦਾ ਮੂਹਰੇ ਖੜ ਕੇ ਹੌਸਲਾ ਕਰਕੇ ਰਾਮੇ ਵਾਲੀਆ ਜਿਸ ਨੌਜਵਾਨ ਨੇ ਜਿੱਤ ਹਾਸਲ